पंजाबी स्पोर्ट्स ऊपर असि हर स्पोर्ट नू कवर करते हाँ। जेकर तुसी कोई स्पोर्ट्स इवेंट करवा रहे हो तो सानू कॉन्टैक्ट करो, असि थोड़ी इवेंट की कवरेज पूरे कैनेडा में पंजाबी स्पोर्ट्स उत्ते दिखावांगे। हुण देखते हाँ लुधियाना पंजाब के कोल एक पिंड के कबड्डी टूरनामेंट की स्पैशल कवरेज। पंजाबी स्पोर्ट्स की पंजाब वाली टीम ने यह रिपोर्ट तैयार करके भेजी है। नाउ हरप्रीत मेरेगी यू नाइजर अगली कबड्डी पदाया जिस धरती दे नौनी दा बड़ा नाम है कबड्डी दे विच। जिला लुधियाना दे डेलो लागे पिंड दे पिंड साइयां कलां विखे 13वां सालाना खेड मेला 8 9 ते 10 अक्टूबर 2010 नूं करवाया गया। इस खेड मेले विच पंजाब भर तों 200 तों वध कबड्डी टीमां ने हिस्सा लिया। असीं इह खेड मेला पंजाब लैवल ते बहुत चिर तों करवाउंदे आ रहे हां। साडे खेड मेले विच NRI वीरां दा सानूं बहुत सहयोग आ, उन्हां दे सहयोग ते पिंड दे सहयोग नाल असीं खेड मेला करवाउने आ। असीं इही संदेश देना चाहुंदे आ, इस करके ही असीं खेड मेले करवाउने आ कि नवें पनीरी गाहां नशियां नूं ना लगे, नशियां तों रहत रहे। असीं 13 साल हो गए सानूं 13वां टूरनामेंट आ करवाउंदियां नूं। ਸਾਨੂੰ NRI ਵੀਰ ਨਗਰ ਦੇ ਹੋਰ ਪਤਵੰਤ ਸੱਜਣਾਂ ਤੋਂ ਸਹਿਯੋਗ ਆ। ਹੁਣ ਜੋ ਅਸੀਂ ਉਪਰਾਲਾ ਕਰ ਰਹੇ ਹਾਂ ਉਹ ਆਪਣੇ ਤੌਰ 'ਤੇ ਸੱਜਣ NRI ਵੀਰ ਨਗਰ ਜੋ ਯਾਰ ਦੋਸਤ ਨੇ ਮਿਲ ਕੇ ਅਸੀਂ ਸਪੋਰਟਸਮੈਨ ਖਿਡਾਰੀਆਂ ਦੇ ਹੌਸਲਾ ਬਜਾਈ ਕਰਦੇ ਹਾਂ। ਬੱਚਿਆਂ ਨੂੰ ਲੈ ਕੇ ਇੱਥੇ ਖਿਡਾਉਂਦੇ ਹਾਂ, ਸ਼ਾਮ ਨੂੰ ਪ੍ਰੈਕਟਿਸ ਕਰਾਉਂਦੇ ਹਾਂ ਅਤੇ ਟੂਰਨਾਮੈਂਟ ਵੀ ਇਸ ਲਈ ਕਰਵਾਉਂਦੇ ਹਾਂ ਵੀ ਉਹ ਜਵਾਕ ਦੇਖ ਕੇ ਟੂਰਨਾਮੈਂਟਾਂ ਨੂੰ ਖੇਡਣ ਦੀ ਇੱਛਾ ਰੱਖਣ ਔਰ ਨਸ਼ਿਆਂ ਤੋਂ ਬਚਣ ਔਰ ਆਪਣੀ ਜ਼ਿੰਦਗੀ ਨੂੰ ਵਧੀਆ ਸੇਧ ਦੇ ਸਕਣ ਔਰ ਵਧੀਆ ਸਾਡਾ ਸਮਾਜ ਸਿਰਜ ਸਕਣ। ਓਪਨ ਕਬੱਡੀ ਦੇ ਸੈਮੀਫਾਈਨਲ ਵਿੱਚ ਜੰਡੀ, ਕਲੋਡੀ, ਢੋਡੇ ਅਤੇ ਜੋਧਾਂ ਦੀਆਂ ਟੀਮਾਂ ਪਹੁੰਚੀਆਂ। ਇਹਨਾਂ ਚਾਰਾਂ ਟੀਮਾਂ ਵਿੱਚੋਂ ਢੋਡੇ ਅਤੇ ਜੰਡੀ ਦੀਆਂ ਟੀਮਾਂ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ। ਜੰਡੀ ਦੀ ਟੀਮ ਨੇ ਢੋਡੇ ਦੀ ਟੀਮ ਨੂੰ ਮਾਤ ਦੇ ਕੇ ਇਸ ਕਬੱਡੀ ਕੱਪ ਵਿੱਚ ਆਪਣੀ ਮੱਲ ਮਾਰ ਲਈ। ਕਬੱਡੀ ਦੇ 70 ਕਿਲੋ ਸੈਮੀਫਾਈਨਲ ਵਿੱਚ ਸਿਆੜ, ਕੜਿਆਣਾ, ਕਟਾਣੀ ਅਤੇ ਕਲੇਰ ਕਲਾਂ ਦੀਆਂ ਟੀਮਾਂ ਨੇ ਜਗ੍ਹਾ ਬਣਾਈ, ਜਿਸ ਵਿੱਚੋਂ ਸਿਆੜ ਦੀ ਟੀਮ ਕੜਿਆਣਾ ਦੀ ਟੀਮ ਨੂੰ ਫਾਈਨਲ ਵਿੱਚ ਮਾਤ ਦੇ ਕੇ ਜੇਤੂ ਰਹੀ। ਇਸ ਕਬੱਡੀ ਕੱਪ ਵਿੱਚ ਉੱਘੇ ਕਬੱਡੀ ਖਿਡਾਰੀ ਦੀਪਾ ਲਹਿਰਾ, ਲਾਡੀ ਉਟਾਲਾ, ਬਿੱਲਾ ਸਿੱਧਵਾਂ ਅਤੇ ਪਾਲਾ ਜਲਾਲਪੁਰੀਆ ਨੂੰ ਸਨਮਾਨਿਤ ਕੀਤਾ ਗਿਆ। ਮੇਰਾ ਨਾਂ ਹੈ ਜੀਤਾ ਜੰਡੀਵਾਲਾ, ਮੈਂ ਜੰਡੀ ਦੀ ਕਬੱਡੀ ਟੀਮ ਦਾ ਕੈਪਟਨ ਹਾਂ। ਅਸੀਂ ਅੱਜ ਸਾਇਆਂ ਦੇ ਕਬੱਡੀ ਟੂਰਨਾਮੈਂਟ 'ਤੇ ਖੇਡਣ ਆਏ ਸਨ। ਇੱਥੇ ਬਹੁਤ ਵਧੀਆ ਵਧੀਆ ਟੀਮਾਂ ਪਹੁੰਚੀਆਂ, ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਪਹੁੰਚੇ। ਅਸੀਂ ਇੱਥੇ ਅੱਜ ਫਸਟ ਆਏ ਹਾਂ ਅਤੇ ਢੋਡੇ ਟੀਮ ਨੇ ਸੈਂਕੜੇ ਇਨਾਮ ਪ੍ਰਾਪਤ ਕੀਤਾ। ਉਹ ਬਹੁਤ ਵਧੀਆ ਟੂਰਨਾਮੈਂਟ ਹੋਇਆ। ਅਸੀਂ ਐਤਕੀ ਇਸ ਸੀਜ਼ਨ ਦੇ 8-10 ਟੂਰਨਾਮੈਂਟ ਖੇਡ ਚੁੱਕੇ ਹਾਂ, 4 ਟੂਰਨਾਮੈਂਟ ਫਸਟ ਆ ਚੁੱਕੇ ਹਾਂ, ਬਾਕੀ ਟੂਰਨਾਮੈਂਟ ਲੋਸ ਕਰ। ਪੰਜਾਬ ਤੋਂ ਬਾਹਰ ਕਨੇਡਾ ਖੇਡਣਗਾ, ਕਨੇਡਾ ਸ਼ਹਿਰਾਂ ਟਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ, ਸਾਰੇ ਦੇਸ਼ਾਂ ਕਬੱਡੀ ਖੇਡ ਚੁੱਕੇ ਹਾਂ। ਮੈਂ ਸੋਨੀ ਢੋਡੇ ਢੋਡਾ ਟੀਮ ਦਾ ਕੈਪਟਨ ਹਾਂ। ਅਸੀਂ ਸਾਇਆਂ ਪਿੰਡ ਵਿੱਚ ਖੇਡ ਰਹੇ ਹਾਂ, ਜਿਹਦੇ ਵਿੱਚ ਜੰਡੀ ਫਸਟ ਅਤੇ ਢੋਡੇ ਸੈਂਕੜ ਸਥਾਨ ਪ੍ਰਾਪਤ ਕੀਤਾ ਅਤੇ ਅਸੀਂ ਇੰਟਰਨੈਸ਼ਨਲ ਪਲੇਅਰ 'ਤੇ ਖੇਡਦੇ ਹਾਂ ਅਤੇ ਅਸੀਂ 10 ਟੂਰਨਾਮੈਂਟ ਖੇਡੇ ਆ ਅਤੇ ਜਿਹਦੇ ਵਿੱਚ ਅਸੀਂ 5 ਟੂਰਨਾਮੈਂਟ ਫਸਟ ਅਤੇ 2 ਸੈਂਕੜ ਜਿੱਤੇ ਆ ਅਤੇ 3 ਅਸੀਂ ਮੈਚ ਹਾਰ ਚੁੱਕੇ ਹਾਂ। ਅਤੇ ਬਾਕੀ ਮੈਂ ਸਾਰੇ ਨਵੀਂ ਪੀੜ੍ਹੀ ਨੂੰ ਇਹੀ ਸੁਨੇਹ ਦੇਣਾ ਚਾਹੁੰਦਾ ਬਈ ਸਾਰੇ ਨਸ਼ਿਆਂ ਤੋਂ ਬਚੋ, ਬਈ ਖੇਡੋ, ਕਬੱਡੀ ਖੇਡੋ, ਇਹਦੇ ਲਈ ਆਪਣਾ ਦੇਸ਼ ਦਾ ਨਾਂ ਸਾਰੇ ਸਾਰਿਆਂ ਦਾ ਨਾਂ ਉੱਚਾ ਹੋ ਸਕੇ। ਮੈਂ ਕਬੱਡੀ ਖਿਡਾਰੀ ਬਿੱਲਾ, ਜੋ ਸਿਆੜ ਦੀ ਟੀਮ ਮੰਨੀ ਹੋ, ਸਿਆੜ ਦੀ ਟੀਮ ਮੰਨੀ 70 ਕਿਲੋ ਖੇਡ ਰਿਹਾ ਸੀ। ਅੱਜ ਸਾਇਆਂ ਦੀ ਧਰਤੀ 'ਤੇ 70 ਕਿਲੋ 'ਤੇ ਫਸਟ ਪ੍ਰਾਈਜ਼ ਜਿੱਤਿਆ। ਹੁਣ ਤੱਕ ਕੁੱਲ ਅਸੀਂ 80-90 ਮੈਚ ਖੇਡ ਚੁੱਕੇ ਹਾਂ ਅਤੇ ਜਿਨ੍ਹਾਂ ਵਿੱਚ ਲਗਭਗ ਅੱਧਿਓਂ ਵੱਧ ਮੈਚ ਜਿੱਤ ਚੁੱਕੇ ਹਾਂ ਅਤੇ ਇਸ ਸਾਇਆਂ ਦੀ ਧਰਤੀ 'ਤੇ ਟੂਰਨਾਮੈਂਟ ਕਮੇਟੀ ਵੱਲੋਂ ਮੇਰਾ ਸਨਮਾਨ ਕੱਲ੍ਹ ਸਨਮਾਨ ਕੀਤਾ ਗਿਆ। ਅਸੀਂ ਸਰ ਆਪਦੇ ਮੈਂ ਧੰਨਵਾਦ ਕਰਦਾ ਵਾਂ ਸਾਇਆਂ ਟੂਰਨਾਮੈਂਟ ਕਮੇਟੀ ਦਾ। ਸਾਨੂੰ ਜ਼ਿਆਦਾਤਰ ਤਾਂ ਆਪਣੇ ਟੂਰਨਾਮੈਂਟ ਕਮੇਟੀ ਵੱਲੋਂ ਸਹਿਯੋਗ ਮਿਲਦਾ, ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ, ਪਿੰਡ ਵੱਲੋਂ ਸਹਿਯੋਗ, ਖੇਡ ਖਿਡਾਰੀਆਂ ਵੱਲੋਂ ਬਹੁਤ ਸਹਿਯੋਗ ਵਾ, ਨਾਲੇ NRI ਭਰਾਵਾਂ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਵਾ। ਪੰਜਾਬ ਦੇ ਇਹਨਾਂ ਪਿੰਡਾਂ ਵਿੱਚੋਂ ਕਬੱਡੀ ਖੇਡ ਕੇ ਹੀ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਪੈਦਾ ਹੁੰਦੇ ਹਨ। ਆਪਣੀ ਸਖਤ ਮਿਹਨਤ ਅਤੇ ਪੰਜਾਬੀਆਂ ਦੁਆਰਾ ਕਬੱਡੀ ਲਈ ਦਿਖਾਏ ਜਾਂਦੇ ਅਥਾਹ ਪਿਆਰ ਨਾਲ ਇਹ ਖਿਡਾਰੀ ਆਪਣਾ ਪੂਰਾ ਜ਼ੋਰ ਲਗਾ ਕੇ ਕਬੱਡੀ ਖੇਡਦੇ ਹਨ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਪਣੇ ਕੰਮਾਂ ਕਾਰਾਂ ਤੋਂ ਵਿਹਲ ਕੱਢ ਕੇ ਕਬੱਡੀ ਦੇ ਇਹਨਾਂ ਟੂਰਨਾਮੈਂਟਾਂ ਨੂੰ ਦੇਖਣ ਲਈ ਬੜੇ ਉਤਸ਼ਾਹ ਨਾਲ ਭੀੜਾਂ ਘੱਤ ਕੇ ਪਹੁੰਚਦੇ ਹਨ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹਨ। ਪੰਜਾਬ ਦੇ ਪੇਂਡੂ ਲੋਕਾਂ ਦਾ ਕਬੱਡੀ ਨਾਲ ਮੋਹ ਕਿਸੇ ਕੋਲੋਂ ਲੁਕਿਆ ਨਹੀਂ ਹੈ। ਕਬੱਡੀ ਖੇਡਣ ਲਈ ਕਿਸੇ ਬਹੁਤੇ ਸਾਜੋ ਸਮਾਨ ਦੀ ਲੋੜ ਨਹੀਂ ਪੈਂਦੀ, ਸ਼ਾਇਦ ਇਸੇ ਕਾਰਨ ਹੀ ਕਬੱਡੀ ਦੀ ਇਹ ਖੇਡ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਰਚ ਚੁੱਕੀ ਹੈ। ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਹਨ ਉਹ ਆਪਣੇ ਨਾਲ ਆਪਣਾ ਧਾਰਮਿਕ ਵਿਰਸਾ ਸੱਭਿਆਚਾਰ ਤਾਂ ਲਿਜਾਂਦੇ ਹੀ ਹਨ, ਨਾਲ ਹੀ ਆਪਣੀਆਂ ਪਿਆਰੀਆਂ ਖੇਡਾਂ ਜਿਵੇਂ ਕਬੱਡੀ
ਕਬੱਡੀ ਅਤੇ ਹਾਕੀ ਨੂੰ ਵੀ ਨਾਲ ਲੈ ਕੇ ਜਾਂਦੇ ਹਨ ਅੱਜ ਮੇਰੇ ਵੀਰੋ ਲਓ ਮਲੀਆਂ ਦੇ ਧਰਤੀ ਦਾ ਫੁੱਗਾ ਨਾਜਨ ਕਰਦਾ ਆ ਕੋਸ਼ਿਸ਼ ਔਰ ਸ਼ੀਦਾ ਨਿੱਕਾ ਦੌੜ ਰਿਹਾ ਮੇਰੇ ਵੀਰੋ ਨਾਜਨ ਔਰ ਇੱਥੇ ਵੀ ਲਓ ਫੋਟੋ ਮਲੀਆਂ ਵਾਲਾ ਫੁੱਗਾ ਮਲੀਆਂ ਦੇ ਸਾਧੂ ਦਾ ਪੇਂਡੂ ਮੇਰੇ ਵੀਰੋ ਮੈਂ ਜਿਸੇ ਐਂਟਰੀਆਂ ਲਈ ਜਾਂਦੀਆਂ ਨੇ पंजाबी स्पोर्ट्स की टीम इस साल के पंजाब के कबड्डी सीजन 2011 की पूरी रिपोर्ट तुहाडे लई हर हफ्ते लेके आया।